ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 85560021। ਆ ਵੇਖੋ ਬਾਈ ਜੀ, ਇਹਨੂੰ ਕਹਿੰਦੇ ਆ ਸ਼ੌਂਕ ਦੇ ਨਾਲ ਨਾਲ ਕਮਾਈ। ਤੁਹਾਨੂੰ ਇਹ ਬਾਈ ਮਿਲਾਵਾਂਗੇ ਜਿਹਨੇ ਆਪਦੇ ਖੇਤ ਦੇ ਵਿੱਚ ਟਰਕੀਆਂ, ਠੀਕ ਹੈ ਜੀ, ਟਰਕੀ ਦੀਆਂ ਵਰਾਇਟੀਆਂ ਹੈ, ਆ ਕੁੱਕੜ, ਦੇਸੀ ਕੁੱਕੜ, ਇਹ ਸਾਰੇ ਰੱਖੇ ਆ ਹੈ। ਅਤੇ ਬਾਈ ਦਾ ਹੌਸਲਾ ਵਧਾਉਣ ਦੇ ਲਈ ਇੱਕ ਵਾਰੀ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ, ਅਤੇ ਪੇਜ 'ਤੇ ਯੂਟਿਊਬ ਚੈਨਲ ਲਾਈਕ ਕਰ ਦਿਓ, ਅਤੇ ਆਪਾਂ ਤੁਹਾਨੂੰ ਫਿਰ ਗੱਲਬਾਤ ਕਰਾਉਂਦੇ ਹਾਂ ਬਾਈ ਨਾਲ, ਹੈ ਜੀ। ਅਤੇ ਰੇਡੀਓ ਪੰਜਾਬ ਟੁਡੇ ਦਾ ਪੇਜ ਅਤੇ ਫੇਸਬੁੱਕ ਪੇਜ ਸ਼ੇਅਰ ਕਰ ਦਿਓ। ਆਹ ਦੇਖੋ ਬਾਈ ਨੇ ਇਹਨਾਂ ਦਾ ਪਾਣੀ ਪੂਣੀ ਪੀਣ ਦਾ ਵੀ ਜੁਗਾੜ ਵਧੀਆ ਰੱਖਿਆ। ਅੱਜ ਕੱਲ੍ਹ ਦੇਸੀ ਮੁਰਗੇ ਜਿਹੜੇ ਆ ਉਹ ਖਤਮ ਹੋ ਗਏ, ਪਰ ਆਹ ਮੁਰਗੇ ਕਿਤੋਂ ਹੋਰ ਦੇ ਲੱਗਦੇ ਆ। ਆਹ ਵੀ ਤੁਹਾਨੂੰ ਦਿਖਾਉਣੇ ਆ, ਪਹਿਲਾਂ ਤਾਂ ਕਮੈਂਟ ਕਰਕੇ ਦੱਸੋ ਜੀ ਆਹ ਮੁਰਗੇ ਕਿਹੜੇ ਆ, ਫਿਰ ਬਾਈ ਦੱਸੂਗਾ ਵੀ ਕਿਹੜੇ ਕਿਹੜੇ ਮੁਰਗੇ ਆ ਜੀ। ਇਹ ਹੇਠਾਂ ਕਮੈਂਟ ਕਰੀ ਚੱਲੋ ਦਵਾ ਦਵਾ ਵੀ ਇਹ ਮੁਰਗੇ ਕਿਹੜੇ ਆ, ਤੁਹਾਨੂੰ ਮੁਰਗਿਆਂ ਦੀਆਂ ਵਰਾਇਟੀਆਂ ਦਿਖਾਉਣੇ ਆ। ਆਹ ਦੇਖੋ ਕੋਈ ਚਿੱਟਾ, ਕੋਈ ਕਿਵੇਂ ਹੈ ਨੀ, ਇੱਕ ਆਹ ਸੇ ਇਹਨੂੰ ਵੀ ਵੇਖ ਲਓ। ਹਾਂ ਕਮੈਂਟ ਕਰੀ ਚੱਲੋ, ਬਸ ਫਿਰ ਬਾਈ ਨੂੰ ਪੁੱਛਾਂਗੇ ਵੀ ਆਹ ਕਿਹੜੇ ਕਿਹੜੇ ਹੈ। ਆਹ ਦੇਖੋ ਨਵੇਂ ਚੂਚੇ ਵੀ ਨਿਕਲੇ ਆ ਜੀ, ਜੇ ਲੈਣੇ ਹੋਏ ਬਾਈ ਤੂੰ ਪੁੱਛਾਂਗੇ ਵੇਚਦਾ ਵੀ ਹੈ ਕਿ ਨਹੀਂ ਹੈ, ਪਰ ਮੈਨੂੰ ਨਹੀਂ ਲੱਗਦਾ ਵੀ ਵੇਚੇ ਨਾ ਇਹ, ਕਿਉਂਕਿ ਬੰਦਾ ਹਰੇਕ ਕਹਿੰਦਾ ਹੁੰਦਾ। ਆਹ ਦੇਖੋ ਬੱਲੇ 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 ਬੜੀਆਂ ਤਰ੍ਹਾਂ ਦੇ। ਆਹ ਤੁਸੀਂ ਕਿੰਨੇ ਕੁ ਦੇਖ ਲਏ ਦੱਸੋ, ਕਿੰਨੇ ਵੇਖ ਲਏ ਜੀ, ਇਹ ਵੀ ਦੱਸ ਦਿਓ ਕਿੰਨੀਆਂ ਵਰਾਇਟੀਆਂ ਦੇਖ ਲਈਆਂ ਹੁਣ ਤੱਕ ਕੁੱਕੜਾਂ ਦੀਆਂ ਤੁਸੀਂ ਹੈਂ। ਇਹ ਵੀ ਦੇਖੋ ਤੁਸੀਂ ਹੈਂ, ਇੱਕ ਆਹ ਆ ਗਈ, ਇਹ ਵੀ ਦੱਸ ਦਿਓ ਕਿਹੜੀ ਆ ਇਹ, ਠੀਕ ਆ ਜੀ। ਅੱਡੋ ਅੱਡ ਪਿੰਜਰਾਂ 'ਚ ਅੱਡੋ ਅੱਡ, ਕਿਉਂਕਿ ਕੁੱਕੜ ਅਤੇ ਕੁੱਕੜੀ ਦੋ ਤਾੜੇ ਵੇ ਆ ਨਾਲ, ਬਾਈ ਬੱਚੇ ਲੈਂਦਾ ਹੈਂ। ਆਹ ਵੇਖੋ ਜੀ ਤੁਸੀਂ, ਅਤੇ ਖੁੱਲ੍ਹੇ ਵੀ ਛੱਡੇ ਆ, ਅੱਡੋ ਅੱਡ ਹੈ। ਹੁਣ ਫਿਰ ਤੁਹਾਨੂੰ ਦੱਸਾਂਗੇ ਵੀ ਹੈ ਕਿੱਥੇ ਬਾਈ ਦਾ ਇਹ ਫਾਰਮ, ਇਹ ਵੀ ਦੱਸਾਂਗੇ ਤੁਹਾਨੂੰ। ਆਹ ਦੇਖੋ ਹੁਣ ਆਹ ਤਾਂ ਦੇਸੀ ਲੱਗਦਾ ਜਮਾਂ ਆਪਣਾ, ਇਹ ਵੀ ਮੈਂ ਦੱਸਦਾ ਜੀ ਮੈਂ ਦੇਸੀ ਆ। ਪੁੱਛੋ ਦੱਸੋ ਇਹ ਦੇਸੀ ਆ ਕਿ ਕਿਹੜਾ, ਕਮੈਂਟ ਕਰੋ ਜੀ, ਅੱਡੋ ਅੱਡ ਕਮੈਂਟ ਕਰੀ ਚੱਲੋ ਵੀ ਕਿੰਨੇ ਤਰ੍ਹਾਂ ਦੇ ਕੁੱਕੜ ਤੁਸੀਂ ਦੇਖ ਲਏ, ਦਵਾਤਾਰ ਦਿਖਾਈ ਚੱਲੋ ਕਿ ਨਾ, ਮੈਂ ਤੁਹਾਨੂੰ ਦਿਖਾਉਣਾ। ਅਤੇ ਇਹ ਸਾਰੇ ਬਾਈ ਦੇ ਸ਼ੌਂਕ ਹੈਗੇ ਜੀ, ਮੈਂ ਤੁਹਾਨੂੰ ਦਿਖਾਉਣਾ। ਇਹ ਆ ਬਾਈ ਲਾਡੀ, ਸਤਿ ਸ਼੍ਰੀ ਅਕਾਲ ਜੀ, ਠੀਕ ਆ। ਅਤੇ ਲਾਡੀ ਬਾਈ ਦੱਸ ਯਾਰ ਵੀ ਕਿੰਨੇ ਤਰ੍ਹਾਂ ਦੇ ਕੁੱਕੜ ਆ ਤੇਰੇ ਕੋਲੇ, ਠੀਕ ਆ। ਆਏ ਨੂੰ ਹੋ ਜਾ ਪਰਾਂ ਤੋਂ ਲਾਈਟ ਜੀ ਪੈਂਦੀ ਆ, ਇਹ ਬਾਈ ਜੀ ਇਸ ਤੋਂ ਸ਼ੁਰੂ ਹੁੰਦੇ ਆਪਾਂ, ਇਹ ਵਾਈਟ ਫਰੀਜ਼ਲ ਆ। ਅੱਛਾ ਵਾਈਟ ਫਰੀਜ਼ਲ, ਫਰੀਜ਼ਲ ਇਹ ਕਿੱਥੋਂ ਦਾ? ਇਹ ਆਸਟ੍ਰੇਲੀਆ ਦੀ ਨਸਲ ਹੈ ਜੀ, ਇਹਦੇ ਆਸਟ੍ਰੇਲੀਆ ਦੀ, ਇਹਦੇ ਬਾਲ ਉਲਟੇ ਆ ਜੀ ਸਾਰੇ। ਅੱਛਾ ਦੇਖੋ ਧਿਆਨ ਨਾਲ, ਇਹਦੇ ਨਾਲ ਦੀ ਉਧਰ ਬਲੈਕ ਹੈ, ਤੁਸੀਂ ਪਿੱਛੇ ਦਿਖਾਇਆ ਸੀ। ਤੇ ਆ ਬੱਚੇ ਇਹਨਾਂ ਨਾਲ ਇੱਕ ਬੈਂਟਮ ਮੁਰਗਾ ਹੈ। ਅੱਛਾ ਤੇ ਆ ਬੈਂਟਮ ਮੁਰਗੀ ਹੈ, ਇਹ ਜੀਰੋ ਸਾਈਜ਼ ਐਡੇ ਐਡੇ ਰਹਿਣਗੇ ਜੀ। ਅੱਛਾ ਐਡੇ ਐਡੇ ਹੀ ਰਹਿਣੇ ਆ। ਅੱਛਾ ਤੇ ਆ ਗੋਲਡਨ ਲੇਜ਼ ਹੈ ਜੀ, ਗੋਲਡਨ ਲੇਜ਼ ਲੇਜ਼। ਅੱਛਾ ਹਾਂਜੀ, ਤੇ ਨਾਲ ਹੀ ਇਹਦੇ ਗੋਲਡਨ ਕਲਰ ਦੀ ਮੁਰਗੀ ਹੈ। ਅੱਛਾ ਜੀ, ਤੇ ਆ ਹੈਗਾ ਗੇਮ ਬੈਂਟਮ ਵੀ ਕਹਿੰਦੇ, ਟੇਬਲ ਫਾਈਟਰ। ਅੱਛਾ ਬਾਹਰਲੇ ਵੱਡੇ ਲੋਕ ਇਹਨਾਂ ਨੂੰ ਟੇਬਲ ਤੇ ਰੱਖ ਕੇ ਫਾਈਟ ਕਰਾਉਂਦੇ ਆ। ਅੱਛਾ ਵਧੀਆ ਫਾਈਟਰ ਹੈ ਇਹ, ਠੀਕ ਹੈ। ਤੇ ਆ ਹੈਗਾ ਜੀ ਬਰਾਊਨ ਬੈਂਟਮ, ਇਹ ਅੰਦਰ ਤੁਹਾਨੂੰ ਸਿਲਵਰ ਦਾ ਲੱਗਦਾ ਹੈ ਕਲਰ, ਬਾਅਦ ਧੁੱਪੇ ਛੱਡਾਂਗੇ ਇਹਦਾ ਬਰਾਊਨ ਕਲਰ। ਅੱਛਾ ਰੰਗ ਬਦਲ ਜਾਂਦਾ। ਅੱਛਾ ਅੱਛਾ, ਆ ਮਿਲੀ ਫਰ ਹੈ ਜੀ, ਇਹ ਕਿਹੜਾ ਮਿਲੀ ਫਰ? ਮਿਲੀ ਫਰ, ਮਿਲੀ ਫਰ ਇਹ ਕਿੱਥੋਂ ਦਾ? ਇਹ ਵੀ ਬਾਅਦ ਦੀ ਹੈ ਜੀ। ਅੱਛਾ, ਸਾਰੀਆਂ ਬਿਲਡਾਂ ਬਾਅਦ ਦੀਆਂ ਜੀ। ਹਾਂ ਹਾਂ, ਆ ਹੈਗਾ ਅਮਰੀਕਨ ਸਿਲਵਰ ਸਪਰਾਈਟ ਜੀ। ਅਮਰੀਕਨ ਸਿਲਵਰ ਸਪਰਾਈਟ ਜੀ, ਸਪਰਾਈਟ। ਅੱਛਾ ਅੱਛਾ, ਗੋਲਡਨ ਹੈ ਜੀ, ਇਹ ਗੋਲਡਨ ਹੈ, ਇਹ ਵੀ ਅਮਰੀਕਨ ਹੈ? ਹਾਂਜੀ, ਇਹ ਵੀ ਅਮਰੀਕਨ ਹੈ। ਇਹ ਬੌਣਾ ਹੀ ਹੈ? ਇਹ ਡੇਡੀ ਰਹਿੰਦੀ ਹੈ। ਅੱਛਾ, ਦਿੰਦੀ ਹੈ ਜੀ ਮੁਰਗੀ, ਅੰਡੇ ਦਿੰਦੀ ਹੈ, ਅੰਡੇ ਵੀ ਛੋਟੇ ਹੀ ਹੁੰਦੇ ਹੋਣੇ ਫਿਰ? ਅੰਡੇ ਛੋਟੇ ਹੁੰਦੇ ਹੈ। ਅੱਛਾ ਅੱਛਾ, ਤੇ ਆਹ ਇਹ ਸਾਰੇ ਮਿਕਸ ਵੈਰਾਈਟੀ ਦੇ ਬੱਚੇ ਆ ਜੀ, ਅਲੱਗ ਅਲੱਗ। ਅੱਛਾ, ਅੰਡੇ ਭਰੇ ਹੋਏ। ਤੇ ਆਹ ਹੈਗਾ ਬੈਂਟਮ ਜੀ, ਕੋਚੀ ਬੈਂਟਮ। ਕੋਚੀ ਬੈਂਟਮ ਇੰਡੀਆ ਦੇ? ਹਾਂ ਇਹ ਇੰਡੀਆ ਨੇ ਜੀ, ਕੇਰਲਾ ਸਾਈਡ ਦੇ, ਕੇਰਲਾ ਸਾਈਡ ਦੇ, ਇਹ ਵੀ ਐਡੇ ਐਡੀ ਰਹਿੰਦੇ ਆ ਜੀ। ਅੱਛਾ, ਤੇ ਨਾਲ ਇਹਦੇ ਬਾਊਲ ਬੈਂਟਮ ਹੈ ਮੁਰਗੀਆਂ ਬੋਧੀਆਂ ਜੀ। ਅੱਛਾ, ਤੇ ਇਹ ਹੈਗਾ ਜੀ ਗੋਲਡਨ ਪੋਲਿਸ਼ ਕੈਪ। ਗੋਲਡਨ ਪੋਲਿਸ਼ ਕੈਪ ਜੀ, ਗੋਲਡਨ ਪੋਲਿਸ਼। ਅੱਛਾ ਬਾਈ ਇੱਕ ਚੀਜ਼ ਦੱਸ, ਤੂੰ ਲਿਆਇਆ ਕਿੱਥੋਂ ਆ ਇਹਨੂੰ? ਹੋ ਜਾ ਬਾਹਰ ਧੁੱਪ ਜੀ, ਤੇ ਪਤਾ ਮੈਂ ਬਾਈ ਜੀ ਅਲੱਗ ਅਲੱਗ ਥਾਵਾਂ ਤੋਂ ਇਕੱਠੇ ਕੀਤੇ ਸ਼ੌਂਕ ਨਾਲ। ਹਾਂ, ਤੇ ਲੋਕਾਂ ਨੂੰ ਬੜਾ ਕਰੇਜ ਆ, ਕੇਰਲਾ ਸਾਈਡ ਤੋਂ, ਕਲਕੱਤਾ ਸਾਈਡ ਤੋਂ, ਆਂਧਰਾ ਸਾਈਡ ਤੋਂ। ਹਾਂ, ਤੇ ਬਾਹਰੋਂ ਵੀ ਇੰਪੋਰਟ ਕਰਾਇਆ। ਆਹ ਦੇਖੋ ਇਹ ਬਲੈਕ ਪੋਲਿਸ਼ ਕੈਪ, ਇਹਦੀ ਸ਼ਾਈਨਿੰਗ ਦੇਖੋ ਤੁਸੀਂ ਮੁਰਗੇ ਦੀ। ਅੱਛਾ, ਬੜਾ ਅਗਰੈਸਿਵ ਹੈ ਜੀ, ਖੋਲਾਂਗੇ ਤਾਂ ਮਗਰ ਪੈਂਦੇ। ਅੱਛਾ, ਹਾਂ ਬਹੁਤ। ਅੱਛਾ ਅੱਛਾ, ਲੈ ਗਿਆ ਚੱਕ ਗਿਆ ਹੈ। ਹਾਂ,
काफी कुछ रखी बैठा जी खजाना भाई आपदे कोले ते शेयर कर दियो तुहानू होर दसदे आ। फिर यह बाई नूं एड्रैस पुछदे आ भी बाई दा कित्थे आ, सारा कुछ तुहानू दसांगे है नी। ते नी अच्छा जी लाइट नहीं होनी, चल कोई नहीं। अच्छा ये वाइट है जो ग्रे कलर है और रेयर कलर है। अच्छा ठीक है, बड़ा रेयर कलर है। ये किन्ने किन्ने दे है? अंगूरा जेडे है ठीक है, सहे भी पाल रखे है। चल आ जी, ये कितों दा? ये लॉन्ग टेल है जी, फीनिक्स। अच्छा मेरे पट्ठे यार पूछ और ज्यादा लंबी हो, मोर वांगू बन जू है। हां जी हां जी। अच्छा अच्छा सीजन से ये केड़ा जी? फीजेंट है, ये भी बाहर दे। फीज फीजेंट फीजेंट हां सिल्वर फीजेंट ना जे भी नहीं आउंदे जी, बाई दा काम बड़ा तकड़ा काम ज्यादा है। ते आ विखाउणे आ तुहानू, आहा बल्ले 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 बल्ले, आ देखो जी, आ देखो चिट्टे मोरा वर्गे कुक्कड़ है नी। ओ अच्छा ये भाई फिर तू जे कोई बेचना आंदा खरीदना आंदा उनू दे भी दिंदे तुसी? दे भी दिंदे भाई, क्योंकि शौक वाला बंदा ना, कई बंदे कहे खान नु चाहिए, देखे खान वाले नु दिंदे जी, शौक वाले नु दे भी गां ब्रीड बनावे है। अच्छा ये सूपी है, इनू फिर क्रॉस कित्थों कराया? क्रॉस हैगा जी मेले तो। अच्छा ये किन्ने क दा साहा है? ਇਹਦਾ 15000 ਰੁਪਏ ਦਾ ਜੋੜਾ ਜੀ। ਜੋੜਾ ਹੈ? ਅੱਛਾ ਅੱਛਾ, ਇਹਦੀ ਉਨਨ ਵੀ ਬਣਦੀ ਹੈ ਨਾ? ਉਹੀ ਹੈ ਨਾ ਵੇਚਦੇ ਜਿਹੜੇ? ਵਿਕਦੀ ਤਕਰੀਬਨ ਉਨਨ 4000 ਰੁਪਏ ਕਿਲੋ ਜੀ। ਅੱਛਾ ਤੇ ਇੱਕ ਸਾਹਾ ਕਿੰਨੀ ਉਨਨ ਦੇ ਦਿੰਦਾ? ਇਹ ਹੁਣ ਕੱਟਾਂਗੇ ਜੀ, ਗਰਮੀਆਂ 'ਚ ਕਟਿੰਗ ਕਰ ਦਾਂਗੇ ਇਹਨਾਂ ਦੀ। ਅੱਛਾ ਤੇ ਫਿਰ ਐਵਰੇਜ ਕੱਢੀ ਨਹੀਂ ਜਿਹਨਾਂ ਨੂੰ ਝੂਠ ਮਾਰਦੀ। ਤੇ ਆਹ ਹੈਗੇ ਆ ਮੇਲ ਫੀਮੇਲ। ਅੱਛਾ ਤਾਂ ਦਾੜੀ ਵਾਲਾ ਮੁਰਦਾ ਵੀ ਮਿਲੀ ਫਿਰ? ਅੱਛਾ ਠੀਕ ਹੈ ਠੀਕ। ਆ ਬਾਅਦ ਦੀ ਨਸਲ ਹੈ ਜੀ, ਇਹ ਇਜ਼ਿਪਟ ਦੀ ਨਸਲ ਹੈ। ਇਜ਼ਿਪਟ ਦੀ ਹੈ? ਹਾਂਜੀ ਫਿਓਮੀ ਫਿਓਮੀ। ਅੱਛਾ ਅਫਰੀਕਨ ਨਸਲ? ਹਾਂ ਸਿਲਵਰ ਫਿਓਮੀ। ਇਹ ਜਾਨੀ ਕਿ ਬੜੇ ਅਗਰੈਸਿਵ ਤੇ ਛੇਤੀ 3-3 ਮਹੀਨੇ ਦੇ ਜੀ ਤਿਆਰ ਹੈ ਬਸ ਇਹ। ਅੱਛਾ ਬੰਗਾ ਤੇ ਕੱਦ ਕਿੱਡਾ ਕ ਜਾਂਦਾ ਇਹਦਾ? ਕੱਦ ਥੋੜਾ ਹੋਰ ਵੱਡਾ ਹੋਊਗਾ ਜੀ। ਅੱਛਾ ਅੱਛਾ, ਵੀ ਜੰਗਲੀ ਹੋ ਗਏ ਨਾ? ਜੰਗਲੀ ਜੰਗਲੀ ਜੀ ਜੀ। ਤੇ ਇਹ ਬਾਈ ਫਿਰ ਜਦੋਂ ਤੂੰ ਬਾਹਰ ਆ ਪਾਰ ਰੱਖਿਆ ਤੂੰ ਬਟੇਰ ਹੈ? ਅੱਛਾ ਜਦੋਂ ਤੁਸੀਂ ਲਿਆਉਣੇ ਹੋ ਕੋਈ ਇਹਦੇ ਮਹਿਕਮੇ ਦਾ ਕੋਈ ਡਰ ਡੁੱਕਰ ਤਾਂ ਨਹੀਂ? ਇਹ ਰੱਖਣੀ ਰੱਖਦੇ ਜੀ, ਸਾਡੇ ਕੇਰਲਾ ਸਾਈਡ ਤੋਂ ਬਾਈ ਟ੍ਰੇਨ ਹੀ ਆਉਂਦੇ ਜੇ, ਪਿੱਛੇ ਕ੍ਰੇਟ ਪਏ ਆ। ਅੱਛਾ ਤੇ ਸਾਰੇ ਆਪਾਂ ਲੀਗਲੀ ਰੱਖਦੇ ਆ ਜਿਹੜੇ ਲੀਗਲੀ ਆ, ਜਿਵੇਂ ਮੋਰ ਮੋਰ ਇਹ ਜਿਹੀ ਚੀਜ਼ ਆਪਾਂ ਕੋਈ ਨਹੀਂ ਰੱਖਦੇ ਜੀ। ਅੱਛਾ ਨਾ ਕੋਈ ਤੋਤਾ ਨਾ ਮੋਰ ਨਾ ਕੈਦ ਕਰਨ ਵਾਲਾ ਜਾਨਵਰ ਕੋਈ ਨਹੀਂ, ਸਾਰੀ ਬਰੀਡਿੰਗ ਪੇਅਰ ਹੈ। ਅੱਛਾ ਅੱਛਾ, ਐਂ ਦੱਸ ਤੂੰ ਜਿਵੇਂ ਮੋਰ ਆ, ਮੋਰ ਆਪਾਂ ਰੱਖਦੇ ਆ ਜੇ ਖੁੱਲਾ ਰੱਖੇ ਫਿਰ ਤਾਂ ਕੋਈ ਨਹੀਂ ਵੀ ਖੇਤਾਂ 'ਚ ਤੁਰਿਆ ਫਿਰ? ਰੱਖਦੇ ਆ ਜੀ, ਜਿਹਨੂੰ ਯਾਦ ਰੱਖਾਂਗੇ ਗਵਰਨਮੈਂਟ ਦੇ ਰੂਲ ਐਂਡ ਰੈਗੂਲੇਸ਼ਨ ਹੈ, ਜਿਹਨੂੰ ਫੋਲੋ ਕਰਾਂਗੇ ਤਾਂ ਕੋਈ ਦਿੱਕਤ ਨਹੀਂ। ਤੇ ਮੇਰੇ ਹਿਸਾਬ ਨਾਲ ਜੇ ਬੰਦਾ ਕੋਈ ਪ੍ਰਾਈਵੇਟ ਰੱਖਦਾ ਤਾਂ ਜ਼ਿਆਦਾ ਸ਼ੌਕ ਨਾਲ ਤੇ ਜ਼ਿਆਦਾ ਕੇਅਰ ਨਾਲ ਰੱਖਦਾ, ਕਿਉਂਕਿ ਉਹ ਇੱਕ ਫੈਮਿਲੀ ਮੈਂਬਰ ਬਣ ਜਾਂਦਾ ਜੀ ਉਹਦਾ। ਅੱਛਾ ਤੇ ਇੱਥੇ ਹੁਣ ਸਾਰਾ ਦਿਨ ਲੱਗੇ ਰਹਿੰਦੇ, ਸਾਡਾ ਸਾਨੂੰ ਐਂ ਲੱਗਦਾ ਜਿਵੇਂ ਸਾਡਾ ਸਾਰਾ ਪਰਿਵਾਰ ਹੈ ਵੀ ਇਹਨਾਂ ਨੂੰ ਕੋਈ ਬਿਮਾਰੀ ਤਾਂ ਨਹੀਂ। ਬਾਈ ਨੰਬਰ ਵੀ ਦੱਸ ਦੇ ਜੇ ਤੇਰੇ ਨਾਲ ਗੱਲ ਕਰਨੀ ਹੋਵੇ ਤਾਂ। ਬਾਈ ਜੀ ਮੇਰਾ ਨੰਬਰ ਹੈ 9174007786। ਅੱਛਾ ਇਹ ਕਿੱਥੇ ਦਾ ਫਾਰਮ ਤੁਹਾਡਾ? ਇਹ ਫਾਰਮ ਜੀ ਮੇਰਾ ਲਾਲ ਸਿੰਘ ਬਸਤੀ 'ਚ ਹੈ ਜੀ, ਰਾਹੀ ਫਾਰਮ ਦੇ ਨਾਂ 'ਤੇ ਹੈ ਆਪਣੇ ਗਾਂ, ਪੋਲੀ ਹਾਊਸ ਵੀ ਲੱਗੇ ਹੋਏ ਆ, ਨਾਲ ਆਪਾਂ ਸਬਜ਼ੀ ਦੀ ਖੇਤੀ ਕਰਦੇ ਹਾਂ ਔਰਗੈਨਿਕ। ਅਤੇ ਲਾਲ ਸਿੰਘ ਬਸਤੀ ਪੰਚਮੁਖੀ ਬਾਲਾ ਜੀ ਮੰਦਰ ਨੂੰ ਜਾਂਦੇ ਹਾਂ, ਉਸ ਮੇਨ ਰੋਡ ਤੋਂ ਪਹਿਲਾਂ ਹਾਈਵੇ ਤੋਂ ਪਹਿਲਾਂ ਹੀ ਨਹੀਂ ਆਪਣਾ ਖੇਤ। ਠੀਕ ਠੀਕ, ਚਲੋ ਹੁਣ ਸ਼ੇਅਰ ਕਰ ਦਿਓ ਜੀ, ਧੰਨਵਾਦ ਜੀ ਤੁਹਾਡਾ, ਮਿਹਰਬਾਨੀ।